ਭਾਰਤੀ 21 ਤੜਕਾਉਂਦਾ ਦਾ ਆਗੂ ਅ ਮੈਂ ਅੱਜ ਸਿੰਘੂ ਬਾਰਡਰ ਤੋਂ ਤੁਹਾਡੇ ਰੂਹ ਰੂ ਹੋ ਰਿਹਾ ਕਿਉਂਕਿ ਸਿੰਘੂ ਬਾਰਡਰ ਤੇ ਜਾਂ ਦਿੱਲੀ ਦੇ ਚਾਰਸ਼ਪੇਰੇ ਜਿਹੜਾ ਕਿਸਾਨਾਂ ਦਾ ਘੋਲ ਚੱਲ ਰਿਹਾ ਹੈ ਕਿਸਾਨਾਂ ਦਾ ਘੋਲ ਨਹੀਂ ਅਸਲ 'ਚ ਉਹ ਲੋਕ ਘੋਲ ਬਣ ਚੁੱਕੇ ਆ ਮੈਂ ਉਹਦੇ ਬਾਰੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਨੂੰ ਅੱਜ ਦਿਮਾਗੀ ਤੌਰ ਤੇ ਸੰਤੁਸ਼ਟੀ ਹੋਈ ਹੈ ਕਿਉਂਕਿ ਮੈਂ ਤੇ ਮੇਰੀ ਜਥੇਬੰਦੀ ਜਾਂ ਮੇਰੇ ਹੋਰ ਜਿਹੜੇ ਸਹਿਯੋਗੀ ਸੀ ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂ ਅਸੀਂ 23 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਸੀ ਜਿਹੜਾ ਬੱਖ-ਬੱਖ ਝੰਡਿਆਂ ਨੂੰ ਇਕੱਠੇ ਕਰਕੇ ਪੁਲਿਸ ਸਿਆਸੀ ਗੁੰਡਾਗਠ ਜੋੜ ਨੂੰ ਦੁਸ਼ਮਣ ਬਣਾ ਕੇ ਉਹਦੇ ਖਿਲਾਫ ਅਸੀਂ ਸੰਘਰਸ਼ ਕਰਨਾ ਸ਼ੁਰੂ ਕੀਤਾ ਸੀ ਤੇ ਬੱਖ-ਬੱਖ ਝੰਡਿਆਂ ਦੀ ਰਹਿਨਮਾਈ ਦੇ ਹੇਠ ਅਸੀਂ 23 ਸਾਲ ਤੋਂ ਛੋਟੀਆਂ-ਛੋਟੀਆਂ ਜਿੱਤਾਂ ਜਿੱਤਦੇ ਤਾਖੀਰ ਪਿਛਲੇ ਸਾਲ ਜਦੋਂ ਮੈਨੂੰ ਖੁਦ ਨੂੰ ਮਤਲਬ ਸੁਪਰੀਮ ਕੋਰਟ ਨੇ ਵੀ ਝੂਠੇ ਕਤਲ ਕੇਸ ਦੇ ਵਿੱਚ ਇਹ ਉਸੇ ਐਫਆਈ ਝੂਠੀ ਐਫਆਈਆਰ ਦੇ ਆਧਾਰ ਤੇ ਫੇਰ ਮੈਨੂੰ ਜੇਲ੍ਹ ਦੇ ਵਿੱਚ ਭੇਜਤਾ ਸੀ ਉਮਰਕਾਦੀ ਸਜ਼ਾ ਸੁਣਾ ਕੇ ਤਾਂ ਫੇਰ ਉਹ ਮਹਰਕਲਾਂ ਦੀ ਧਰਤੀ ਤੇ ਬਰਨਾਲੇ ਇਲਾਕੇ ਦੀਆਂ ਵੱਖ-ਵੱਖ ਕਿਸਾਨ ਮਜ਼ਦੂਰ ਮੁਲਾਜ਼ਮਾਂ ਔਰਤਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਇਕੱਠੀਆਂ ਹੋ ਕੇ ਉਹ ਹੀ ਜਿਹੜੇ ਵੱਖ-ਵੱਖ ਝੰਡਿਆਂ ਦਾ ਗੁਲਦਸਤਾ ਬਣਾ ਕੇ ਅ 30 ਸਤੰਬਰ ਤੋਂ ਬਰਨਾਲੇ ਦੀ ਜੇਲ੍ਹ ਮੂਰੇ ਬੈਠ ਗਏ ਸੀ ਇਹ ਫੈਸਲਾ ਕਰਕੇ ਵੀ ਸੱਚ ਨੂੰ ਫਾਂਸੀ ਲੱਗੀ ਆ ਸੱਚ ਨੂੰ ਫਾਂਸੀ ਤੜਾਉਣੀ ਆ ਤੇ ਲੋਕਾਂ ਨੇ ਡੇਢ ਮਹੀਨੇ ਬਾਅਦ ਸੱਚ ਨੂੰ ਜਿਹੜੀ ਫਾਂਸੀ ਲੱਗੀ ਹੋਈ ਸੀ ਉਹ ਤੜਾ ਕੇ ਮੈਨੂੰ ਬਰਨਾਲੇ ਜੇਲ੍ਹ ਦੇ ਵਿੱਚੋਂ ਕੱਢ ਕੇ ਫੇਰ ਉਹ ਸੰਘਰਸ਼ਾਂ ਦੇ ਪਿੰਡ ਦੇ ਵਿੱਚ ਲੈ ਕੇ ਆਏ ਨੇ ਮੈਂ ਉਸ ਜਿਹੜੀ ਸਮਝ ਤੇ ਹੋਰ ਪੱਕਾ ਹੋਇਆ ਕਿਉਂਕਿ ਲੋਕ ਆ ਜਿਹੜੇ ਬਿਨਾਂ ਸਿਆਸੀ ਲੀਡਰਾਂ ਤੋਂ ਵੀ ਜਿੱਤਾਂ ਜਿੱਤ ਸਕਦੇ ਨੇ ਹਾਂ ਕਿਉਂਕਿ ਜਿਹੜੇ ਸਿਆਸਤਦਾਨ ਲੀਡਰ ਨੇ ਚਾਹੋ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦਾ ਅੰਗਰੇਜ਼ਾਂ ਵਾਲਾ ਹੀ ਰਾਹ ਹੈ ਪਾੜੋ ਤੇ ਰਾਜ ਕਰੋ ਜੇ ਸਾਡੇ ਲੋਕਾਂ ਨੂੰ ਉਹ ਪਾੜਨਗੇ ਤਾਂ ਹੀ ਉਹਨਾਂ ਦੀਆਂ ਵੋਟਾਂ ਖਰੀਆਂ ਹੁੰਦੀਆਂ ਪਰ ਮੈਂ ਦੂਜੇ ਪਾਸੇ ਇਸ ਵਿਸ਼ਵਾਸ ਤੇ ਪੱਕਾ ਹੋਇਆ ਵੀ ਜੇ ਲੋਕਾਂ ਦਾ ਇਕੱਠ ਲੋਹੇ ਦੀ ਲੱਠ ਬਣ ਜੇ ਫਿਰ ਸਰਕਾਰ ਭਾਵੇਂ ਕਿਸੇ ਦੀ ਹੋਵੇ ਲੋਕ ਆਪ ਦੀ ਆਈ ਤੇ ਆ ਜਾਂਦੇ ਆ ਲੋਕ ਆਪ ਦੀ ਗੱਲ ਮਨਾ ਲੈਂਦੇ ਆ ਕਿਉਂਕਿ ਮੈਂ ਕੋਈ ਮਨਚੋ ਨਹੀਂ ਕਹਿ ਰਿਹਾ ਮੈਂ ਜੋ ਇਤਿਹਾਸ ਦੇ ਵਿੱਚ ਵਾਪਰੀ ਆ ਸਚਾਈ ਆ ਤੁਹਾਡੇ ਲੋਕਾਂ ਨਾਲ ਉਹ ਸਚਾਈ ਸਾਜੀ ਕਰ ਰਿਹਾ ਹਾਂ ਉਹ ਉਸ ਤੋਂ ਬਾਅਦ ਜਿਸ ਦਿਨ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤਾਂ ਸੱਚੀ ਮੈਂ ਜੇਲ੍ਹ ਦੇ ਵਿੱਚੋਂ ਪੈਰ ਬਾਹਰ ਪਾਉਂਦੇ ਦੇ ਵਿਸ਼ਵਾਸ ਦਿੱਤਾ ਇਹ ਲੋਕਾਂ ਨੂੰ ਵੀ ਮੇਰਾ ਸੀਸ ਲੋਕਾਂ ਲਈ ਹਾਜ਼ਰ ਹੈ ਤੇ ਮੇਰਾ ਸੀਸ ਲੋਕਾਂ ਲਈ ਹਾਜ਼ਰ ਹੈ ਪਰ ਮੈਂ ਸੀਸ ਦੀ ਵਰਤੋਂ ਹੁਣ ਵੀ ਉਹਨਾਂ ਜਿੱਥੇ ਸਾਡੇ ਕਿਸਾਨ ਕੁੱਲੀਆਂ ਪੜਾਈ ਬੈਠੇ ਨੇ ਛੱਪਰ ਬਣਾਈ ਬੈਠੇ ਆ ਟਰਾਲੀਆਂ ਦੇ ਮੈਂ ਵੱਡਾ ਮਤਲਬ ਜਿਹੜਾ ਸਮਾਂ ਉਹਨਾਂ ਕੁੱਲੀਆਂ 'ਚ ਗੁਜ਼ਾਰਦਾ ਲੋਕਾਂ ਨੂੰ ਜਾ ਕੇ ਇਹ ਦਿਮਾਗ ਦੇ ਵਿੱਚ ਕੀ ਆ ਜਾਂ ਸਾਡੇ ਜਿਹੜੇ ਹੋਰ ਬਖਬਖ ਜਥੇਬੰਦੀਆਂ ਦੇ ਆਗੂ ਆ ਸਾਡੀ ਸਾਂਝੀ ਸਮਝ ਕੀ ਆ ਉਹਨੂੰ ਪ੍ਰਚਾਰਦੇ ਆ ਲੋਕਾਂ ਨੂੰ ਇਸ ਲੋੜ ਦਿਮਾਗਦਾਨ ਕਰਦੇ ਆ ਵੀ ਲੋਕਾਂ ਨੂੰ ਐ ਨਾ ਬਣੇ ਕਈਆਂ ਨੇ ਹੁਣ ਪਹਿਲਾਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਅਸੀਂ ਘੋਲ ਸ਼ੁਰੂ ਕੀਤਾ ਕਈਆਂ ਨੂੰ ਇਹ ਲੱਗਿਆ ਸੀ ਵੀ ਚਲੋ ਵੀ ਸ਼ੰਭੂ ਬਾਡਰ ਤੇ ਚੱਲਦੇ ਆ ਵੱਡੀ ਫੋਟੋ ਲਹਾਵਾਗੇ ਅਖਬਾਰ ਦੇ ਵਿੱਚ ਫੋਟੋ ਆ ਜੂ ਬੱਲੇ ਬੱਲੇ ਹੋ ਜੂ ਪਰ ਉਹ ਇਸ ਗੱਲ ਦੇ ਭਲੇਖੇ ਸੀ ਵੀ ਅਸੀਂ ਪਹਿਲਾਂ ਹੀ ਕਹਿ ਕੇ ਤੁਰਿਆ ਜਿਹੜਾ ਘੋਲ ਆ ਲੰਮਾ ਤੇ ਲਮਕਮਾ ਅਸੀਂ ਜਿੱਤਣਾ ਲਟੇਰਿਆ ਨੇ ਹਾਰਨਾ ਇਹਦੇ ਵੱਖ-ਵੱਖ ਢੰਗ ਨੇ ਵੱਖ-ਵੱਖ ਦਾਣ ਨੇ ਕਿਉਂਕਿ ਅਸੀਂ ਉਹ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਇੱਥੇ ਅਗਵਾਈ ਕਰਦੇ ਆ ਉਹ ਅਸੀਂ ਬੜੀ ਕਿਤਾਬਾਂ ਭਵੇਂ ਨਾ ਪੜੀਆਂ ਹੁਣ ਸਾਨੂੰ ਲੋਕਾਂ ਨੇ ਪੜ੍ਹਾਈ ਜ਼ਰੂਰ ਕਰਾਈ ਆ ਅਸੀਂ ਲੋਕਾਂ ਦੇ ਘੋਲਾਂ ਦੇ ਵਿੱਚੋਂ ਸਿੱਖੇ ਆ ਅਸੀਂ ਹਾਰੇ ਵੀ ਆ ਜਿੱਤੇ ਵੀ ਆ ਡਿੱਗੇ ਵੀ ਆ ਉੱਠੇ ਵੀ ਆ ਉਹ ਆਗੂ ਅੱਜ ਦਿੱਲੀ ਦੀ ਸਟੇਜ ਨੂੰ ਚਲਾ ਰਹੇ ਨੇ ਜਿਨ੍ਹਾਂ ਦਾ ਬਹੁਤ ਕੀਮਤੀ ਤਜਰਬਾ ਪਰ ਕੁਝ ਕਾਗੂ ਜਿਨ੍ਹਾਂ ਨੂੰ ਜ਼ਿਆਦਾ ਛੇਤੀ ਲੀਡਰ ਬਣਨ ਦੀ ਚਾਹਨਾ ਉਹ ਇਸ ਗੱਲ ਦੇ ਭਲੇਖੇ ਜਾ ਵੀ ਘੋੜਛੇ ਜੀ ਦੇਣ ਜਿੱਤੇ ਜੋ ਦੇਖੋ ਭਰਾਵੋ 6 ਮਹੀਨੇ ਦਾ ਤਾਂ ਅਸੀਂ ਕਹਿ ਕੇ ਤੁਰਿਆ ਅਸੀਂ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਨਹੀਂ ਆਏ ਅਸੀਂ ਕਹਿ ਕੇ ਤੁਰ ਅਸੀਂ ਭਾਈ 6 ਮਹੀਨੇ ਦੇ ਲੋਕ 6 ਮਹੀਨੇ ਦਾ ਰਸਣ ਲੈ ਕੇ ਆਏ ਆ ਜੇ ਕਿਸੇ ਨੂੰ ਇਹ ਭਲੇਖਾ ਲੱਗਦਾ ਵੀ ਅਸੀਂ ਤਾਂ ਯਾਰ ਚੁੱਪ ਕੀਤਾ ਜੀ ਬੈਠਿਆ ਸੀ ਲੰਗਰ ਖਾਈ ਜਾਂਦੇ ਲੰਗਰ ਖਾਣਾ ਤਾਂ ਯਾਰ ਜ਼ਰੂਰੀ ਆ ਆਪਦੇ ਘਰਾਂ ਤੋਂ ਹੀ ਲੈ ਕੇ ਆਏ ਆ ਜੇ ਆ ਕੋਈ ਧਾਨੀਆ ਦਾਨੀ ਖਵਾਈ ਜਾਂਦਾ ਲੰਗਰ ਖਾਂਦੇ ਹੋਏ ਵੀ ਅਸੀਂ ਜੰਗ ਲੜ ਰਹੇ ਆ ਉਹ ਜੰਗ ਦੇ ਛਿੱਟੇ ਦੇਖੋ ਹੁਣ ਭਾਜਪਾ ਕੰਬਲੀ ਹੋਈ ਫਿਰਦੀ ਆ ਕੱਲ ਇੱਕ ਭਾਜਪਾ ਦੇ ਮੰਤਰੀ ਨੇ ਸਾਨੂੰ ਗਾਲ ਕੱਢੀ ਨਾਂ ਲੈ ਕੇ ਘਿੱਲੇ ਹੋਏ ਨੇ ਆ ਜਿਹੜਾ ਕਹਿੰਦੇ ਮੰਡੀਆਂ ਵਾਲਾ ਕਾਨੂੰਨ ਆ ਤੇ ਬਹੁਤ ਵਧੀਆ ਬਿਹਾਰ ਵਾਲਿਆਂ ਬਾਤੇ ਜਦੋਂ ਕਿ ਕਹਿਣ ਤੋਂ ਬਾਅਦ ਬਖੜਾ ਹਟਾ ਇਹ ਬਖੜਾ ਹਟ ਜਿਹੜਾ ਹਰਨ ਹਰਿਆਣੇ ਵਾਲਾ ਖੱਟਰ ਸਾਹਿਬ ਕਹੀ ਜਾਂਦਾ ਸੀ ਜੇ ਤੋ ਹਰਿਆਣੇ ਕਾ ਤੋਂ ਕੋਈ ਕਿਸਾਨ ਹੀ ਹੈ ਇਸ ਵਿੱਚ ਹੈ ਨਹੀਂ ਭਈ ਖੱਟਰਾ ਕੱਲ ਜਦੋਂ ਵਾਲੇ ਘੇਰਿਆ ਸ਼ੇਰ ਬਗਿਆ ਪਤਾ ਲੱਗਿਆ ਤੈਨੂੰ ਵੀ ਹਰਿਆਣੇ ਦੇ ਵੀ ਹੈ ਗਿਆ ਕਿਸਾਨ ਇਹਦੇ ਵਿੱਚ ਇਹ ਬਿਸ਼ਰਮ ਹੁੰਦੇ ਆ ਇਹ ਬਾੜੀ ਗੱਲ ਨਹੀਂ ਸਮਝਦੇ ਹੁੰਦੇ ਪਰ ਜਿਹੜਾ ਝੂਠ ਤੋਂ ਪਰਦਾ ਹਰਿਆਣੇ ਦੇ ਕਿਸਾਨਾਂ ਨੇ ਕੱਲ ਲਾਤਾ ਭਵੇਂ ਸਾਨੂੰ ਨਹੀਂ ਸੀ ਕੋਈ ਸਾਨੂੰ ਪਤਾ ਹੈ ਟਿਕਰੀ ਬਾਰਡਰ ਤੇ ਕਿੰਨੇ ਹਰਿਆਣੇ ਦੇ ਲੋਕ ਆ ਜਾਂ ਪਿੰਡਾਂ ਦੇ ਵਿੱਚ ਕਿੰਨੇ ਲੋਕ ਸਾਡੀ ਸੇਵਾ ਕਰ ਰਹੇ ਨੇ ਆ ਕੇ ਇਹ ਸੰਘਰਸ਼ ਨਾਲ ਕਿੰਨੇ ਜੁੜੇ ਹੋਏ ਨੇ ਜਿਹੜੇ ਤੱਤੇ ਗਾ ਘਾਹ ਕਰੇ ਮੇਰੇ ਬੀਜ ਜਿਨ੍ਹਾਂ ਨੂੰ ਇਹ ਲੱਗਦਾ ਕੱਲ ਪਰਸ ਨੂੰ ਦਿੱਲੀ ਦੇ ਕੀ ਗਰੇ ਢਾ ਦੇਣੇ ਨਹੀਂ ਸਾਡੀ ਤਿਆਰੀ ਹੈ 40 ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਪੰਜਾਬ ਪਲੱਸ ਜਿਹੜਾ ਸਯੁਗਤ ਮੋਰਚਾ ਬਣਿਆ ਪੂਰੀ ਤਿਆਰੀ ਹੈ ਸਾਡੀ ਦੇਖੋ ਤੁਹਾਡੇ ਸਾਹਮਣੇ ਆ ਜਿਹੜਾ ਪਹਿਲਾਂ ਪੰਜਾਬ ਸੀ ਪੰਜਾਬ ਦੀ ਤਿਆਰੀ ਪਹਿਲਾਂ ਸੀ ਹਰਿਆਣਾ ਅਸੀਂ ਆਪਦੇ ਵਰਗਾ ਬਣਾ ਲਿਆ ਯੂਪੀ ਬਣਾਉਣੀ ਆ ਆਪਦੇ ਵਰਗੀ ਸੰਘਰਸ਼ੀਲ ਬਣਾਉਣੀ ਆ ਰਾਜਸਥਾਨ ਬਣਾਉਣਾ ਜਿਹੜੀਆਂ ਹੋਰ ਸਟੇਟਾਂ ਯੂਪੀ ਵਾਲਾ ਬਹੁਤ ਾਕੜਦਾ ਕੱਲ ਮੈਨੂੰ ਪਤਾ ਰਾਤ ਮੈਂ ਰੋਟੀ ਖਾਂਦਾ ਸੀ ਰੋਟੀ ਖਾਂਦੇ ਨੇ ਮੈਂ ਯੂਪੀ ਵਾਲਿਆਂ ਦਾ ਫੋਨ ਸੁਣਿਆ ਘਰਾਂ ਦੇ ਆਲੇ-ਦਾਲੇ ਫੋਰਸ ਲਾ ਦੀ ਘਰਾਂ ਦੇ ਆਲੇ-ਦਾਲੇ ਜੇ ਕੋਈ ਲੱਗਦਾ ਨਾ ਵੀ ਯਾਰੀ ਟਰਾਲੀ ਲੈ ਕੇ ਜਾਣੀ ਆ ਯੂਪੀ ਚੋ ਉਹਦੇ ਘਰ ਨੂੰ ਘੇਰਾ ਪਾ ਲੈਂਦਿਆ ਸੋ ਭਰਾਵੋ ਕਾਲੀਆਂ ਨਾ ਕਰੋ ਗੱਲ ਸੋਚ ਕੇ ਕਰਾਂਗੇ ਸੋਚ ਕੇ ਹੀ ਕਰ ਰਹੇ ਆ ਯੂਪੀ ਵਾਲਿਆਂ ਨੂੰ ਨਾਰ ਲਾਵਾਂਗੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਦਿੱਲੀ ਦੀ ਸਾਹ ਨਾਕਾ ਜਿਹੜੀ ਬੰਦ ਕਰਾਂਗੇ ਮੈਨੂੰ ਯਾਦ ਆ ਗਿਆ ਮੈਂ 2 ਸਾਲ ਹਲ ਵੀ ਪਾਇਆ ਮੇਰੇ ਬਾਪੂ ਨੇ ਮੈਨੂੰ ਇੱਕ ਯੋਗਤ ਦੱਸੀ ਸਾਡੇ ਨਾਲ ਇੱਕ ਵੱਡਾ ਬਹਲਦ ਹੁੰਦਾ ਸੀ ਸਾਡਾ ਖਾਂਦਾ ਬਹੁਤ ਸੀ ਜਦੋਂ ਅਸੀਂ ਰੋਟੀ ਖਾਣ ਲੱਗਣਾ ਉਹਨੇ ਵੀ ਬਹਿ ਜਾਣਾ ਪੋਲੇ ਥਾਂ ਤੇ ਮਗਰੋਂ ਉੱਠੇ ਨਾ ਉਹਨੂੰ ਠਾਲਣ ਦਾ ਤਾਂ ਮੈਨੂੰ ਬਾਪੂ ਨੇ ਮੇਰੇ ਨਾਲ ਦੱਸਿਆ ਸੀ ਸਾਡਾ ਜਿਹੜਾ ਨਾੜਕਾ ਹੁੰਦਾ ਸੀ ਨਾੜਕਾ ਹਲ ਤੇ ਬਣਾਲੀ ਨੂੰ ਜੋੜਨ ਵਾਲਾ ਅਸੀਂ ਉਹ ਕੱਢਣਾ ਉਹਦੀਆਂ ਨਾਸਾਂ ਦੇ ਉੱਤੋਂ ਦੀ ਰੱਸਾ ਪਾ ਕੇ ਨਾਗਵਾਲ ਪਾਣ ਜਦੋਂ ਇਹ ਇਨਸਾਫ ਬੰਦ ਹੋ ਜਾਂਦਾ ਸੀ ਛਾਲ ਮਾਰ ਕੇ ਉੱਠਦਾ ਸੀ ਮੋਦੀ ਵੀ ਉੱਠੂਗਾ ਹਜੇ ਆਪਾਂ ਨਾਗਵਾਲ ਪਾਉਣਾ ਹੈ ਕਾਹਲੀ ਨਾ ਕਰੋ ਦੂਜਾ ਪੱਖ ਜਿਹੜੇ ਲੋਕਾਂ ਨੂੰ ਲੱਗਦਾ ਵੀ ਇਕੱਲੇ ਕਿਸਾਨ ਹੀ ਲੜਦੇ ਆ ਮੈਂ ਕਹਿੰਦਾ ਨਹੀਂ ਮੇਰੇ ਨਾਲ ਕੱਲ ਹੀ ਮੇਰੇ ਨਾਲ ਪਰਸੋਂ ਵੀ ਮੇਰੇ ਨਾਲ ਵਾਦਾ ਕੀਤਾ ਜਿਹੜੇ ਫੈਕਟਰੀ ਮजूद ਹਾਂ ਜਿਵੇਂ ਮਰੂਤੀ ਸਯੂਕੀ ਦੇ ਮਜ਼ਦੂਰ ਹੈ 12 13 ਸੂਬਿਆਂ 'ਚ ਉਹਨਾਂ ਦਾ ਕੰਮ ਹੈ ਮਾਸਾ ਇੱਕ ਜੱਥੇ ਬੰਦੀ ਬਣੀ ਆ ਉਹਨਾਂ ਦੀ ਸਾਂਝੀ ਬੱਕ ਬੱਕ ਨਾ ਉਹਦਾ ਵੱਡਾ ਨੋਆ ਹੈ ਹੈਗਾ ਉਹਦਾ ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਜਿਹਨੂੰ ਮਾਸਾ ਕਹਿੰਦੇ ਆ 7-8 ਸਟੇਟਾਂ ਦੇ ਵਿੱਚ ਜਿਹੜੇ ਫੈਕਟਰੀ ਮਜ਼ਦੂਰ ਆ ਖੇਤ ਮਜ਼ਦੂਰ ਵੀ ਆ ਜਿਹਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਸਾਡੇ ਅੱਜ ਉਹਨਾਂ ਮਜ਼ਦੂਰ ਆਗੂਆਂ ਨੇ ਮਜ਼ਦੂਰ ਵਰਕਰਾਂ ਨੇ ਅੱਜ ਅਸੀਂ 23 ਦਾ ਜਿਹੜਾ ਦਸੰਬਰ ਦਾ ਦਿਨ ਮਨਾ ਰਹੇ ਆ ਕਿਸਾਨ ਦਿਵਸ ਉਹ ਭਰਾਵੋ ਇਹਦੇ ਵਿੱਚ ਸ਼ਾਮਲ ਹੋ ਗਏ ਉਹ ਮਜ਼ਦੂਰ ਅੱਜ ਉਹਨਾਂ ਨੇ ਹੜਤਾਲ ਕਰਨੀ ਆ ਭੁੱਖ ਹੜਤਾਲ ਸਾਡੇ ਮੈਨੂੰ ਪਤਾ ਲੱਗਿਆ ਪੰਜਾਬ ਦੇ ਵਿੱਚ ਜਗਰਾਉਂ ਤੇ ਬਰਨਾਲੇ ਇਲਾਕੇ ਦੇ ਵਿੱਚ ਜਿਹੜੇ ਉਹ ਖੇਤ ਮਜ਼ਦੂਰ ਨੇ ਜਾਂ ਜਿਹੜੇ ਜਥੇਬੰਦ ਮਜ਼ਦੂਰ ਨੇ ਉਹ ਹੜਤਾਲ ਕਰ ਰਹੇ ਆ ਆਪਣੇ ਜੰਡੀ ਜਿਹੜਾ ਘੋਲ ਆ ਇਹ ਇਕੱਲੇ ਕਿਸਾਨਾਂ ਦਾ ਨਹੀਂ ਇਹ ਲੋਕਾਂ ਦਾ ਬਣ ਚੱਲਿਆ ਜਿਹੜੇ ਲੋਕ ਅਜੇ ਤੋਂ ਬਾਹਰ ਨੇ ਉਹਨਾਂ ਲੋਕਾਂ ਨੂੰ ਵੀ ਆਪਾਂ ਨਾਲ ਲਵਾਵਾਂਗੇ ਤੇ ਇੱਕ ਮੈਂ ਸਨੇਹਾ ਜ਼ਰੂਰ ਦਊਂਗਾ ਬੜਾ ਦਿਲ ਦੁਖਿਆ 22 ਸਾਲ ਦਾ ਮੁੰਡਾ ਸੰਘਰਸ਼ ਚੋ ਜਾ ਕੇ ਯਾਰ ਖੁਦਕੁਸ਼ੀ ਕਰੀ ਜਾਂਦਾ ਬਿਲਕੁਲ ਨਹੀਂ ਖੁਦਕੁਸ਼ੀ ਕਰਨੀ ਜੰਗਾਂ ਦੇ ਵਿੱਚੇ ਸ਼ਹੀਦ ਹੋਵਾਂਗੇ ਖੁਦਕੁਸ਼ੀਆਂ ਨਹੀਂ ਕਰਨੀਆਂ ਮੈਂ ਸਨੇਹਾ ਦੇ ਮੇਰੇ ਨੌਜਵਾਨਾਂ ਨੂੰ ਘਬਰਾਉਣਾ ਜਿੰਦਗੀ ਯਾਰ ਲਈ ਆ ਤੁਸੀਂ ਮੇਰੇ ਵੱਲ ਦੇਖੋ ਬੁੜੇ ਆਦਮੀ 42 ਸਾਲ ਲੜਦੇ ਨੂੰ ਹੋ ਗਏ ਬਹੁਤ ਵਾਰੀ ਹਾਰੇ ਆ ਬਹੁਤ ਵਾਰੀ ਜਿੱਤੇ ਆ ਇਹ ਤਾਂ ਜੰਗ ਆਪਾਂ ਜਿੱਤਣੀ ਆ ਨਮਾ ਇਤਿਹਾਸ ਲਿਖਿਆ ਜਾਣਾ ਨਮਾ ਇਤਿਹਾਸ ਜਿਵੇਂ ਮਨਜੀਤ ਨੇਰ ਨੂੰ ਤੁਸੀਂ ਪਿਛਲੇ ਸਾਲ ਜੇਲ੍ਹ ਚੋਂ ਕਢਾ ਕੇ ਲਿਆਇਓ ਅਧਾਰ ਨਹੀਂ ਹੈ ਨਹੀਂ ਕਿਤੇ ਯਾਰ ਸੰਸਾਰ ਦੇ ਵਿੱਚ ਵੀ ਲੋਕ ਐ ਲੜ ਕੇ ਜੇਲ੍ਹ ਦੇ ਵਿੱਚੋਂ ਬੰਦਾ ਕਢਾ ਕੇ ਲੈਣਾ ਖਾਦੇ ਨਾਲ ਹਥਿਆਰ ਨਹੀਂ ਸੀ ਲੈ ਕੇ ਗਿਆ ਤੁਸੀਂ ਤੁਸੀਂ ਲੈ ਗਿਆ ਸੀ ਡੰਡਾ ਤੇ ਝੰਡਾ ਉਹ ਯਾਰ ਉਹੀ ਡੰਡਾ ਤੇ ਝੰਡਾ ਇਹ ਠੀਕ ਆਪਾਂ ਮਜ਼ਬੂਤ ਕਰ ਲਿਆ ਉੱਥੇ ਤੁਸੀਂ 42 ਜਥੇਬੰਦੀਆਂ ਸੀ ਬਰਨਾਲੇ ਜੇਲ੍ਹ ਦੇ ਮੂਹਰੇ ਹੁਣ ਤਾਂ ਦਿੱਲੀ ਨੂੰ ਕਿਹਾ ਚਾਹ 472 ਜਥੇਬੰਦੀਆਂ ਨੇ ਕਿਸਾਨਾਂ ਆ ਰਹੀਆਂ ਨੇ ਆ ਮਜ਼ਦੂਰਾਂ ਦੀ ਗਿਣਤੀ ਨੀ ਵਿਚਾਰਾਂ ਨਹੀਂ ਕਿੰਨੀ ਆ ਹਜ਼ਾਰਾਂ ਝੰਡੇ ਇਕੱਠੇ ਹੋ ਗਏ ਭਰਾਓ ਨਾ ਖੁਦਕਸ਼ੀ ਨਾ ਕਰੋ ਇੱਕ ਮੈਨੂੰ ਆਇਆ ਲੱਗਦਾ ਆ ਮੇਰੇ ਪਤਾ ਨਹੀਂ ਮੇਰਾ ਗੁੱਸਾ ਨਾ ਕਰੋ ਜਿਹੜਾ ਆਪਾਂ ਖੂਨ ਕੱਢ ਕੇ ਉਹਨੂੰ ਚਿੱਠੀ ਲਿਖਣ ਲੱਗੇ ਆ ਉਹ ਵੀਰੋ ਇਹਨੂੰ ਜਿਹੜੀ ਇਹ ਮਤਲਬ ਉਹ ਦਿੱਲੀ ਦਾ ਤਖਤ ਆ ਨਾ ਇਹਨੂੰ ਤੁਹਾਡਾ ਖੂਨ ਨਾਲ ਲਿਖਿਆ ਖਤ ਵੀ ਨਹੀਂ ਦਿਸਣਾ ਇਹ ਬੇਸ਼ਰਮ ਲੋਕ ਹੁੰਦੇ ਆ ਇਹਦੇ ਮਗਰ ਬਹੁਤ ਵੱਡੀ ਤਾਕਤ ਬੈਠੀ ਆ ਸਾਮਰਾਜੀ ਤਾਕਤ ਜਿਹੜੀ ਕੰਪਨੀ ਜਿਹੜੀ ਦੇਖੋ ਈਸਟ ਇੰਡੀਆ ਕੰਪਨੀ ਇੱਕਾਈ ਸੀ 200 ਸਾਲ ਲੁੱਟ ਕੇ ਖਾ ਗਈ ਹੁਣ ਤਾਂ ਵੀਰੋ ਹਜ਼ਾਰਾਂ ਕੰਪਨੀ ਦਾ ਨਾਂ ਵਾਦਾ ਹੋਇਆ ਹੋਇਆ ਮੋਦੀ ਸਰਕਾਰ ਦਾ ਇਦੋਂ ਜਿਹੜਾ ਪਹਿਲਾ ਸੀ ਮਨਮੋਹਨ ਸਿੰਘ ਘੱਟ ਉਹਨਾਂ ਨੇ ਵੀ ਨਹੀਂ ਸੀ ਕਰੀ ਨੀਤੀਆਂ ਉਹਨਾਂ ਨੇ ਵੀ ਇਹ ਲਾਗੂ ਕਰਨੀ ਸੀ ਜਿਵੇਂ ਹੁਣ ਵੀ ਤੁਹਾਨੂੰ ਪਾਗਲ ਬਣਾਉਂਦੇ ਹੁੰਦੇ ਆ ਦੇਖੋ ਮੈਨੂੰ ਯਾਦ ਆ ਗਈ ਘਟਨਾ ਕਾਂਗਰਸੀਆਂ ਨੇ ਇੱਕ ਦਿਨ ਆਇਆ ਪਹਿਲਾਂ ਪਹਿਲੇ ਸ਼ੁਰੂ ਚ ਜਦੋਂ ਪੰਜਾਬ ਚ ਆਪਾਂ ਕੋਹਲ ਸ਼ੁਰੂ ਕੀਤਾ ਇੱਕ ਕਾਂਗਰਸੀ ਲੀਡਰ ਆਇਆ ਐਸ਼ੀ ਟਰੈਕਟਰ ਨੂੰ ਅੱਗ ਲਾਤੀ ਸੰਭੂ ਬਾਟਰ ਤੇ ਆ ਕੇ ਅੱਗ ਲਾ ਕੇ ਉਹ ਜਾ ਸਿਆਸੀ ਚਾਲ ਦੇਖੋ ਸਿਆਸੀ ਚਾਲਾਂ ਸਮਝੋ ਇਹਨਾਂ ਦੀਆਂ ਪੰਜਾ ਸੱਤਾਂ ਦਿਨਾਂ ਬਾਅਦ ਉਹੀ ਟਰੈਕਟਰ ਜਿਹੜਾ ਬਚ ਗਿਆ ਉਹ ਲਿਆ ਕੇ ਦਿੱਲੀ ਲਾਤਾ ਉਸੇ ਨੂੰ ਅੱਗ ਲਾਤੀ ਇੱਕ ਮੇਰੇ ਇਲਾਕੇ ਦਾ ਅਸੀਂ ਕਾਲੀ ਲੀਡਰ ਉਹ ਵੀ ਨਮਾ ਆਇਆ ਉਹਨੇ ਫੋਰ ਟਰੈਕਟਰ ਨੂੰ ਅੱਗ ਲਾਤੀ ਮੈਨੂੰ ਵੀ ਬੜਾ ਫਿਕਰ ਲੱਗਿਆ ਵੀ ਜੱਟ ਨੂੰ ਗੁੱਸਾ ਬੜਾ ਆ ਗਿਆ ਸੱਤ-ਅੱਠ ਲੱਖ ਦਾ ਫੋੜ ਫੂਕਦਾ ਉਹ ਮੈਨੂੰ ਆਦ ਤਾ ਬਾਲ ਤੋਂ ਖਲ ਲਾਉਣ ਦੀ ਮੈਂ ਭਾਈ ਬਾਲ ਤੋਂ ਜਦੋਂ ਖਲ ਲਾ ਲਈ ਕਹਿੰਦੇ 55000 ਦਾ ਫੋੜ ਲਿਆ ਸੀ ਬੱਬਰ ਸ਼ੇਰ ਨੇ ਜਥੇਦਾਰ ਬਣਿਆ ਹੋਇਆ ਅੱਜ ਕੱਲ੍ਹ ਕਾਲੀਆਂ ਤੋਂ ਟਰੈਕਟਰ ਮੰਗਦਾ ਸੀ 55000 ਦਾ ਟਰੈਕਟਰ ਲਿਆ ਛਤਰੀ ਤੇ ਪਾ ਕੇ ਤੇਲ ਆ ਸੀਟ ਤੇ ਪਾ ਕੇ ਤੇਲ ਅੱਗ ਲਾਦੀ ਜਦ ਨੂੰ ਭਜਾਉਣ ਵਾਲੇ ਆ ਗਏ ਉਹ ਪਤੰਦਰ ਨੇ 40000 ਦਾ ਫੇਰ ਵੇਚਤਾ ਕਵਾੜ ਵਾਲਿਆਂ ਨੂੰ ਜੜੀਆਂ ਸਿਆਸੀ ਦਾ ਆਹ ਦੇ ਸੱਚ ਗੱਲ ਆ ਇਹ ਉਹਨਾਂ ਦੀ ਆਸ ਤੋਂ ਛੱਡੋ ਆਪਾਂ ਜਿਹੜੇ ਝੰਡੇ ਸੰਗਰਾਮਾਂ ਦੇ ਗੱਡੇ ਆ ਭਰਾਵੋ ਹਾਜਮੇ ਨਾਲ ਠਰਮੇ ਨਾਲ ਆ ਕਈ ਮੇਰੇ ਵੀਰ ਕਈ ਨਾ ਰਿਆ ਜਦ ਵਿੱਚ ਦੀ ਮੋਟਰਸਾਈਕਲ ਲੈ ਕੇ ਲੰਘੇ ਦੇਖੋ ਦਿੱਲੀ ਦੇ ਲੋਕਾਂ ਨਾਲ ਆਪਣੀ ਕੋਈ ਲੜਾਈ ਨਹੀਂ ਮਿਹਨਤੀ ਲੋਕ ਆ ਆਪਾਂ ਨੂੰ ਸਾਹਮਣੇ ਰਿਹਾ ਇੱਕ ਪਰਿਵਾਰ ਵੜਿਆ ਹੋਇਆ ਆਪਣਾ ਬਿਜਲੀ ਗੱਡੀਆਂ ਉਹਨਾਂ ਨੇ ਨੰਗਾਉਣੀਆਂ ਨੇ ਜਦੋਂ ਉਹਨਾਂ ਨੇ ਘਰਾਂ ਚ ਜਾਣਾ ਹਨ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਆਪਾਂ ਨਾ ਲੜਿਆ ਕਰੀਏ ਆ ਠੀਕ ਆ ਕੋਈ ਵੱਡਾ ਟਰਾਲਾ ਆਉਂਦਾ ਕੱਲ ਮੈਂ ਉਹ ਮੇਰਾ ਛੋਟਾ ਭਾਈ ਆ ਲੱਖੇ ਸਿਧਾਣੇ ਨੂੰ ਵੀ ਅਸੀਂ ਗੱਲ ਕੀਤੀ ਹੈ ਕਮੇਟੀ ਵਾਲਿਆਂ ਨੇ ਬਈ ਜੋਸ਼ ਦੇ ਨਾਲ ਹੋਸ਼ ਰੱਖਣਾ ਭਰਾਵੋ ਆਪਾਂ ਐਕਸ਼ਨ ਕੋਈ ਉਹੋ ਜਿਹਾ ਨਹੀਂ ਕਰਨਾ ਜਿਹੜੇ ਲੋਕ ਆਪਣੇ ਉਲਟ ਹੋ ਜਾਣ ਮਿਹਨਤ ਕਰਨ ਵਾਲੇ ਤੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਸੱਲ ਕੱਲ ਕਦੇ ਆ ਸਾਡੀਆਂ 32 ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾ ਗਿਆ ਲੱਖਾਂ ਸੌਣਾ ਵੀ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਲੜਾਂਗੇ ਠੀਕ ਹੈ ਸਾਡੇ ਮਨ 'ਚ ਕੋਈ ਸਵਾਲ ਹੁੰਦੇ ਆ ਆਪਾਂ ਪਹਿਲਾਂ ਸਾਂਝੇ ਕਰ ਲਿਆ ਕਰੋ ਸਟੇਜ ਤੋਂ ਬੋਲਣ ਦੀ ਬਜਾਏ ਆਪਾਂ ਪਹਿਲਾਂ ਸਾਂਝੇ ਕਰ ਲਿਆ ਕਰੋ ਥੋੜਾ ਮੰਨਣ ਵਾਲਾ ਹੋ ਜਾ ਬਹੁਤ ਛੇਤੀ ਮੰਨਿਆ ਜਾਇਆ ਕਰੂ ਕਈ ਗੱਲਾਂ ਸਾਡੇ ਦਿਮਾਗ 'ਚ ਨਹੀਂ ਹੁੰਦੀਆਂ ਪਰ ਥੱਲੇ ਨੌਜਵਾਨਾਂ ਨੂੰ ਗੱਲਾਂ ਵਰਤੌਰ ਤੋਂ ਪਹਿਲਾਂ ਸਾਡੇ ਨਾਲ ਸਾਂਝੀਆਂ ਕਰ ਲਿਆ ਕਰੋ ਫਿਰ ਇਹ ਜਾਪਤਾ ਰਜੂ ਕੋੜ ਜਿਹੜਾ ਜਾਪਤੇ 'ਚ ਹੀ ਲੜਿਆ ਜਾ ਸਕਦਾ ਹੁੰਦਾ ਜੇ ਮੜਾ ਜਾ ਵੀ ਇੱਧਰ ਉੱਧਰ ਹੋ ਕੇ ਤਾਂ ਬਹਾਨੇ ਭਾਲ ਦਿਆ ਕਿੰਨਾ ਕੁਛ ਬਕਵਾਸ ਮਾਰੀ ਜਾਂਦੀ ਆ ਭਾਟ ਭਾ ਦੇ ਆਗੂ ਕਿੰਨਾ ਕੁਛ ਹੋਰ ਕਰੀ ਜਾਂਦੇ ਆਪਾਂ ਉਹਨਾਂ ਨੂੰ ਮੌਕਾ ਨਹੀਂ ਦੇਣਾ ਜੰਗ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਗੱਲ ਠੀਕ ਹੈ ਇਹ ਦਿੱਲੀ ਦਾ ਤਖਤ ਹੈ ਇਹ ਠੀਕ ਆ ਮੈਂ ਗੱਲ ਕਰਨ ਲੱਗਿਆ ਸੀ ਅੰਮਨ ਮੋਹਨ ਸੇਉਂਦੀ ਮਨਮੋਹਨ ਸੇਉਂ ਤਾਂ ਇਹ ਲਾਗੂ ਰਹੀਆਂ ਹੋਈਆਂ ਨੀਤੀਆਂ ਫਿਰ ਕੰਪਨੀਆਂ ਨੇ ਕੌਣ ਦੇਖਿਆ ਵੀ ਜਿਹੜਾ ਝਾਲਮਝਾ ਬੰਦਾ ਹੋਵੇ ਉਹ ਕਿਹੜਾ ਹੋ ਆ ਹੁਣ ਆਪਾਂ ਸੋਗ ਦਾ ਹਫਤਾ ਬਣਾਉਨੇ ਆ ਔਰੰਗਜ਼ੇਬ ਨੂੰ 7 ਤੇ 9 ਸਾਲ ਦੇ ਬੱਚਿਆਂ ਤੇ ਵੀ ਤਰਸ ਨਹੀਂ ਸੀ ਆਇਆ ਉਦੋਂ ਦੇ ਮਤਲਬ 7 ਤੇ 9 ਸਾਲ ਦੇ ਬੱਚਿਆਂ ਨੂੰ ਨਹੀਂ ਹੈ ਤੇ ਚਿੰਤਾ ਇਹ ਔਰੰਗਜ਼ੇਬ ਨੂੰ ਪੜਾ ਮੈਂ ਕਿਉਂ ਕਹਿੰਦਾ ਮੋਦੀ ਔਰੰਗਜ਼ੇਬ ਨੂੰ ਪੜਾ ਇਹਦੀ ਉਹਨਾਂ ਕੰਪਨੀਆਂ ਦੀਆਂ ਨੀਤੀਆਂ ਲਾਗੂ ਕਰਨੀਆਂ W T ਉਹਨੀਆਂ ਕੰਪਨੀਆਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਭੜਾ ਲੱਭਿਆ ਹੁਣ ਭੜਾ ਕਿਵੇਂ ਆਇਆ 2002 ਦੇ ਵਿੱਚ ਇਸ ਨਰਦਈ ਬੰਦੇ ਨੇ ਜ਼ਾਲਮ ਬੰਦੇ ਨੇ ਗੋਦਰਾ ਕਾਂਡ ਵਾਪਰਿਆ ਗਜਰਾਤ ਦੇ ਵਿੱਚ ਜੇ ਔਰਗ ਜੇਬ ਨੇ 7 ਤੇ 9 ਸਾਲ ਦੇ ਬੱਚਿਆਂ ਨੂੰ ਨੀਹਾ ਜੱੜਵਾਇਆ ਸੂਬੇ ਸਰਾਂਦ ਨੇ ਤਣਵਾਇਆ ਤਾਂ ਭਰਾਵੋ ਇਹਨੇ ਜਿਹੜੇ ਬੱਚੇ ਹਜੇ ਜਰਮਨੀ ਸੀ ਨਾ ਲਿਆ ਜਿਹੜੇ ਬੱਚਿਆਂ ਨੇ ਮਾਮਾਂ ਦੇ ਪੇਟਾਂ ਦੇ ਵਿੱਚ ਸੀ 2002 ਦੇ ਵਿੱਚ ਉਹ ਮਾਮਾਂ ਦੇ ਪੇਟਾਂ ਦੇ ਵਿੱਚੋਂ ਕੱਢ ਕੇ ਬੱਚੇ ਤਰਸੂਲਾ ਦੇ ਟੰਗਿਆਂ ਤੇ ਟੰਗੇ ਟੰਗੇ ਆ ਇਹ ਉਹਦੋਂ ਜ਼ਾਲਮ ਹੈ ਜ਼ਾਲਮ ਨਾਲ ਫਿਰ ਜਦੋਂ ਖਾਲਸਾ 500 ਗੁਰਜੀਤ ਦੇ ਖਿਲਾਫ ਲੜਿਆ ਉਦੋਂ ਕਿੰਨੀ ਸ਼ਕਤੀ ਲੱਗੀ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਕਿੰਨੇ ਠੰਮੇ ਨਾਲ ਲੜੇ ਇਹਦੇ ਖਿਲਾਫ ਵੀ ਲੜਨਾ ਪਹਿਲਾ ਲੜਨ ਵਾਲੀ ਫੌਜ ਆ ਮਜ਼ਦੂਰ ਕਿਸਾਨ ਦੁਕਾਨਦਾਰ ਕੋਈ ਵੀ ਜਿਹੜਾ ਬੇਵਤੀ ਹੱਥ ਆ ਉਹਨਾਂ ਨੂੰ ਆਪਾਂ ਇਕੱਠੇ ਕਰਨ ਲੱਗਣਗੇ 2-4 ਮਹੀਨੇ ਪਰ ਮੋਦੀ ਤਖਤ ਤੇ ਨਹੀਂ ਰਹਿ ਸਕਦਾ ਮੋਦੀ ਦਾ ਪਲਟਾਹ ਜਾਂ ਲਗੂ ਯਾਦ ਕਰਨਗੇ ਇਹ ਰਾਗ ਭਗਤਾਂ ਦੇ ਨੇੜੇ ਤੇੜੇ ਨਹੀਂ ਰਹਿਣੇ ਥੋੜੇ ਜਿਹਾ ਹੌਸਲੇ ਨਾਲ ਚੱਲੋ ਠੰਮੇ ਨਾਲ ਚੱਲੋ ਤੇ ਜੰਗ ਜਿੱਤਾਂਗੇ ਦੇਖੋ ਦਿੱਲੀ ਦਾ ਤਖਤ ਅੱਜ ਤੱਕ ਜਿੱਤਿਆ ਨਹੀਂ ਕਿਉਂਕਿ ਅਸੂਲ ਆ ਸੱਚ ਜਿੱਤਦਾ ਹੁੰਦਾ ਹੁਣ ਵੀ ਦਿੱਲੀ ਦਾ ਤਖਤ ਹਾਰੂਗਾ ਤੇ ਚਾਂਦਨੀ ਚੌਂਕ ਨੇ ਜਿੱਤਣਾ ਚਾਂਦਨੀ ਚੌਂਕ ਦੀ ਸਮਝ ਨੂੰ ਕੋਈ ਹਰਾ ਨਹੀਂ ਸਕਦਾ ਕਿਉਂਕਿ ਇਹ ਸੱਚ ਖਾਤਰ ਸੀ ਤੇ ਕੁਰਬਾਨੀਆਂ ਦੇਣ ਵਾਲੀ ਸੀ ਅੱਜ ਵੀ ਸਾਡੇ 40 50 ਕੁਰਬਾਨ ਹੋ ਗਏ ਸ਼ਹੀਦ ਹੋ ਗਏ ਇਹ ਲੜੀ ਬਈ ਲੰਮੀ ਲੱਗੂਗੀ ਅਜੇ ਪਰ ਖੁਦਕਸ਼ੀਆਂ ਨਾ ਕਰੋ ਸੰਗਰਾਮ ਕਰੋ ਤੁਹਾਨੂੰ ਇਹ ਹੀ ਸੁਨੇਹਾ ਦੇਣਾ ਬੜਾ ਫੇਰ ਕਿਤੇ ਮਿਲੂ ਤੁਹਾਨੂੰ ਜਦੋਂ ਟਾਈਮ ਲੱਗਿਆ ਹੁਣ ਮੈਨੂੰ ਜਾਣ ਦਾ ਮੌਕਾ ਦੇ ਮੈਂ ਕੁੱਲੀਆਂ ਚ ਜਾਣਾ ਉਦੋਂ ਬਾਅਦ ਫੇਰ ਮਿਲਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ